ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਘੁਟਾਲੇ ਦੇ ਦੋਸ਼ੀ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦਾ ਸਾਥੀ ਅਨੁਰਾਗ ਬੱਤਰਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ, ਜਿਸ ਉੱਪਰ ਰਾਕੇਸ਼ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਤਬਦੀਲ ਕਰਨ ਦਾ ਦੋਸ਼ ਹੈ। ਉਕਤ ਮੁਲਜ਼ਮ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਵਿਜੀਲੈਂਸ ਬਿਊਰੋ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅਤੇ ਉਹਨਾਂ ਦੇ ਹੋਰ ਸਾਥੀਆਂ ਖਿਲਾਫ਼ FIR ਦਰਜ ਕਰ ਲਿੱਤੀ ਗਈ ਹੈ। ਦੇਖੋ, ਇਹ 11/22 ਮੁਕੱਦਮਾ ਸੀਗਾ, ਟੈਂਡਰ ਸਕੈਮ ਜਿਹੜਾ ਸੀ ਫੂਡ ਐਂਡ ਸਿਵਲ ਸਪਲਾਈ ਮਹਿਕਮੇ ਦਾ ਹੋਇਆ ਸੀਗਾ। ਉਹਦੇ 'ਚ ਕਾਫ਼ੀ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ। ਉਹ 'ਚ ਇੱਕ ਪ੍ਰਾਈਮ ਕਿਊ ਸੀਗਾ RK ਸਿੰਗਲਾ, ਉਹ ਡਿਪਟੀ ਡਾਇਰੈਕਟਰ ਸੀ ਫੂਡ ਐਂਡ ਸਪਲਾਈ ਮਹਿਕਮੇ 'ਚ। ਉਹਦੇ ਉਹ ਵੀ ਦੋਸ਼ੀ ਸੀਗਾ, ਉਹ ਮੁਕੱਦਮੇ ਵਿੱਚ ਬਾਅਦ ਵਿੱਚ PO ਬਣ ਗਿਆ ਸੀ, ਬਾਹਰ ਭੱਜ ਗਿਆ ਸੀਗਾ। ਔਰ ਉਹਦੀਆਂ ਅਸੀਂ ਕਾਫ਼ੀ ਪ੍ਰੋਪਰਟੀਆਂ ਟਰੇਸ ਹੋਈਆਂ ਸੀ ਡਿਊਰਿੰਗ ਇਨਵੈਸਟੀਗੇਸ਼ਨ, ਔਰ ਉਹਦਾ ਇੱਕ ਅਲੱਗ ਇੱਕ ਪਰਚਾ FIR ਨੰਬਰ 8 ਹੋ ਗਈ ਸੀਗੀ, ਡਿਸਪ੍ਰੋਪੋਰਸ਼ਨਲ SLD। ਉਹਦੀਆਂ 12 ਪ੍ਰੋਪਰਟੀਆਂ ਟਰੇਸ ਹੋਈਆਂ ਸੀਗੀਆਂ, ਔਰ 4 ਤਾਂ ਲੁਧਿਆਣਾ ਵਿੱਚ, 5 ਖੰਨੇ ਵਿੱਚ, 2 ਨਿਊ ਚੰਡੀਗੜ੍ਹ 'ਚ, 1 ਚੰਡੀਗੜ੍ਹ 'ਚ, ਔਰ 4 ਪ੍ਰੋਪਰਟੀਆਂ ਦਾ ਤਾਂ ਆਲਰੇਡੀ ਅਸੀਂ ਅਟੈਚਮੈਂਟ ਦਾ ਉਹਦਾ ਔਰਡਰ ਹੋ ਗਿਆ ਹੈਗਾ ਅਪਰੂਵਲ ਤੋਂ ਬਾਅਦ। 18A PC Act ਦੀ ਤਹਿਤ ਦੀ ਕਾਰਵਾਈ ਚੱਲ ਰਹੀ, 8 ਪ੍ਰੋਪਰਟੀਆਂ ਦੀ ਚੱਲ ਰਹੀ ਹੈ। ਔਰ ਉਹਦੇ 'ਚ ਇੱਕ ਅਨੁਰਾਗ ਬੱਤਰਾ ਹੈ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈਗਾ, ਜੋ ਬੱਤਰਾ ਫਾਰਮਾ ਕੁਟਲ ਹੈਗਾ, ਡਿਸਟ੍ਰੀਬਿਊਟਰ ਹੈ, ਕਾਫ਼ੀ 20-25 ਮੈਡੀਸਨ ਦਾ ਡਿਸਟ੍ਰੀਬਿਊਟਰ ਹੈ, ਔਰ ਇਹਦਾ ਕਾਫ਼ੀ ਤਗੜਾ ਕਾਰੋਬਾਰ ਹੈ। ਇਹ ਬੰਦੇ ਨੇ RK ਸਿੰਗਲਾ ਜਿਹੜਾ, ਉਹਦੀ ਵਾਈਫ ਦੇ ਅਕਾਊਂਟ 'ਚ ਕਰੀਬ 28 ਲੱਖ ਰੁਪਇਆ ਟ੍ਰਾਂਸਫਰ ਕੀਤਾ ਸੀਗਾ ਔਨਲਾਈਨ, ਉਹਨੂੰ ਐਜ਼ ਏ ਕਮਿਸ਼ਨ ਬੇਸਿਸ 'ਤੇ। ਸੋ ਜਦੋਂ ਕਿ ਉਹ ਇੱਥੇ ਆਈ ਹੀ ਨਹੀਂ, ਅਤੇ ਇਹਨੇ ਫਿਰ ਉਹ ਇਨਵੈਸਟੀਗੇਸ਼ਨ 'ਚ ਇਹਨੂੰ ਨੋਮੀਨੇਟ ਕਰਤਾ ਸੀਗਾ, ਔਰ ਇਹਨੂੰ ਗ੍ਰਿਫਤਾਰ, ਉਹ ਇਹੀ ਗੱਲ ਸਾਹਮਣੇ ਆਈ ਵੀ ਇਹਨੇ ਉਹਨੂੰ ਬਲੈਕ ਮਨੀ ਨੂੰ ਉਹਦੀ ਵਾਈਟ ਕੀਤਾ ਹੈਗਾ। 2 ਐਂਟਰੀਆਂ ਸੀ, ਇੱਕ 9 ਲੱਖ ਦੇ ਕਰੀਬ ਹੈਗੀ ਹੈ, 19 ਲੱਖ ਦੇ ਕਰੀਬ ਹੈਗੀ ਹੈ, ਇਹ 2021 'ਚ ਇਹਨੇ ਟ੍ਰਾਂਸਫਰ ਕੀਤੇ ਸੀਗੇ। ਉਹ ਇਹਨੇ ਆਪਣਾ ਮਨ ਵੀ ਲਿਆ ਹੈਗਾ, ਮੈਂ ਗਲਤ ਕੀਤੇ ਸੀ, ਕਿਸੇ ਕੋਈ ਬੰਦਾ ਹੋਰ ਹੈਗਾ ਉਹਦੇ ਕਹਿਣ 'ਤੇ ਕੀਤੇ ਸੀਗੇ। ਔਰ ਇਸੇ ਤਰ੍ਹਾਂ 2013 ਵਿੱਚ ਵੀ ਇਹਨੇ ਕਈ 10 ਲੱਖ ਰੁਪਇਆ, 2-5 ਲੱਖ ਕਰਕੇ ਇਹਨੇ ਟ੍ਰਾਂਸਫਰ ਕੀਤਾ ਸੀ। ਇਹਨਾਂ ਨੇ ਬੇਸਿਕਲੀ ਹਰਿਆਣਾ ਤੋਂ ਕੋਈ ਔਰਡਰ ਜਿਹੜੇ ਹਾਸਲ ਹੋਏ ਸੀਗੇ ਦਵਾਈਆਂ ਦੇ ਸੰਬੰਧ ਵਿੱਚ, ਉਹਦੇ ਹੀ ਕਮਿਸ਼ਨ ਦੇ ਬੇਸ 'ਤੇ ਇਹਨੂੰ ਦਿੱਤੇ, ਇਹਨੇ ਸ਼ੋਅ ਕੀਤੇ ਸੀਗੇ ਅਸੀਂ ਉਸ ਤਰੀਕੇ ਨਾਲ ਦਿੱਤੇ, ਪਰ ਉਹ ਸਾਰੀ ਗੱਲ ਸਾਹਮਣੇ ਆਈ ਵੀ ਸਾਰਾ ਕੁਛ ਇਹਨੇ ਫੇਕ ਬਣਾਇਆ, ਸਿਰਫ ਉਹਦੀ ਬਲੈਕ ਮਨੀ ਨੂੰ ਵਾਈਟ ਮਨੀ 'ਚ ਕਨਵਰਟ ਕਰਨ ਵਾਸਤੇ ਕੀਤਾ ਸੀਗਾ। ਇਹ ਡਿਸਟ੍ਰੀਬਿਊਟਰ ਹੈਗਾ ਪੰਜਾਬ ਹਰਿਆਣਾ ਹਿਮਾਚਲ ਦਾ, ਅਤੇ ਇਸ ਕਰਕੇ ਇਹਦੀ ਇਹਨਾਂ ਹੈਲਪ ਲਈ ਸੀ। ਇਹਨੂੰ ਫਿਰ ਦੋਸ਼ੀ ਬਣਨ ਤੋਂ ਬਾਅਦ ਇਹਨੂੰ ਫਿਰ ਅੱਜ ਅਦਾਲਤ ਵਿੱਚ ਇਹਨੂੰ ਅਰੈਸਟ ਤੋਂ ਬਾਅਦ ਪੇਸ਼ ਕਰਤਾ ਹੈਗਾ, 1 ਦਿਨ ਦਾ ਇਹਦਾ ਪੁਲਿਸ ਰਿਮਾਂਡ ਮਿਲਿਆ, ਬਾਕੀ ਤਫਤੀਸ਼ ਜਾਰੀ। ਇਹਨੂੰ ਅਸੀਂ ਇੱਥੋਂ ਲੁਧਿਆਣੇ 'ਤੇ ਰਿਫਰ ਕੀਤਾ, ਅੱਗੇ ਤਫਤੀਸ਼ ਕਰ ਰਹੇ ਹਾਂ, ਅਜੇ ਤਫਤੀਸ਼ ਕਰ ਰਹੇ ਹਾਂ। ਅਜੇ RK ਸਿੰਗਲਾ ਦੇ ਵਿੱਚ, ਇਸ ਮੁਕੱਦਮੇ ਵਿੱਚ ਵੀ PO ਆ ਰਚਨਾ ਸਿੰਗਲਾ, ਵੀ ਇਹਦੀ PO ਆ ਵਾਈਫ ਜਿਹੜੀ, ਇਹਨੂੰ ਅਸੀਂ ਗ੍ਰਿਫਤਾਰ ਕੀਤਾ, ਬਾਕੀ ਹੋਰ ਤਫਤੀਸ਼ ਕੀਤੀ ਜਾ ਰਹੀ।